ਅਸਲਾਮ ਅਲੈਕੁਮ ਜੀ ਸਰਦਾਰ ਡੋਗਰ ਡੋਗਰ ਮੋਟਰ ਤੋਂ ਹੈਦਰ ਭਾਈ ਆਏ ਨੇ ਮਾਸ਼ਾਅੱਲਾ ਅੱਜ ਸਾਡੇ ਕੋਲ ਮਿਹਰਬਾਨੀ ਇਹਨਾਂ ਦੀ ਇੰਨਾ ਟਾਈਮ ਕੱਢਿਆ ਕਿ ਸਾਡੇ ਕੋਲ ਤਸ਼ਰੀਫ ਲੈ ਕੇ ਆਏ ਨੇ ਔਰ ਮੇਰੇ ਨਾਲ ਮਸ਼ਵਰਾ ਕਰਨ ਵਾਸਤੇ ਆਏ ਨੇ ਕਿ ਡੋਗਰ ਸਾਹਿਬ ਗੱਡੀ ਲੈਣੀ ਹੈ ਅਤੇ ਮੈਨੂੰ ਦੱਸੋ ਵੀ ਮੇਰੇ ਵਾਸਤੇ ਬਿਹਤਰੀਨ ਗੱਡੀ ਕਿਹੜੀ ਮੇਰੇ ਵਾਸਤੇ ਫਾਰਚੂਨਰ ਬਿਹਤਰ ਹੈ ਕਿ ਆ ਜਾਓ ਫਾਰਚੂਨਰ ਬਿਹਤਰ ਹੈ ਜਾਂ ਹੈਵਰ ਬਿਹਤਰ ਹੈ ਅਤੇ ਮੈਂ ਤਾਂ ਹੈਵਰ ਨੂੰ ਪ੍ਰੈਫਰ ਕਰਾਂਗਾ ਕਿਉਂਕਿ ਦੇਖੋ ਫਾਰਚੂਨਰ ਅਗਰ 1 ਕਰੋੜ ਅਤੇ 20-25 ਲੱਖ ਰੁਪਏ ਤੁਸੀਂ ਲੈਂਦੇ ਹੋ ਨਾ ਤਾਂ ਉਹ ਤੁਹਾਨੂੰ ਗੱਡੀ ਲੱਭਣੀ ਹਲਕੀ ਸਿਗਮਾ ਹਲਕੀ ਗੱਡੀ ਲੱਭੇਗੀ ਉਹ ਵੀ ਟੱਚਿੰਗ ਟੁਚਿੰਗ ਵਾਲੀ ਬਹਿ ਜਾਓ ਰਾਣਾ ਸਾਹਿਬ ਅਤੇ ਜਿਹੜੀ ਹੈਵਰ ਗੱਡੀ ਬਹੁਤ ਅੱਛੀ ਬੜੀ ਅਰਜਨ ਚੱਲ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਮੇਰੇ ਕੋਲ ਰੇਂਜ ਰੋਵਰ ਹੈ ਅਤੇ ਮੈਂ ਅਗਲੇ ਦਿਨ ਜਾ ਰਿਹਾ ਰੇਂਜ ਰੋਵਰ 160 ਦੀ ਸਪੀਡ 'ਤੇ ਅਤੇ ਮੈਨੂੰ ਹੈਵਰ ਨੇ ਇਹਨੇ ਕ੍ਰਾਸ ਕੀਤਾ ਤਾਂ ਮੈਂ ਗਾਹ ਨੂੰ ਬੜੀ ਕੋਸ਼ਿਸ਼ ਕੀਤੀ ਹੈ ਉਹਦੇ 'ਤੇ ਚੜ੍ਹਦੀ ਲੇਕਿਨ ਹੈਵਰ ਨਿਕਲਦੀ ਜਾਂਦਾ ਏਡੀ ਹੈਵੀ ਗੱਡੀ ਹੈ ਕਿ ਮੈਂ ਤਾਂ ਕਹਾਂਗਾ ਕਿ ਹੈਵਰ ਲੈਣੀ ਚਾਹੀਦੀ ਹੈ ਹੈਵਰ ਬਹੁਤ ਅੱਛੀ ਗੱਡੀ ਹੈ ਔਰ ਇਹ ਘਰ ਵਾਸਤੇ ਰਿਸ਼ਤਾ ਵਾਸਤੇ ਬਿਹਤਰੀਨ ਗੱਡੀ ਹੈ ਜੇ ਤੁਹਾਡੇ ਗੱਡੀ ਕੋਈ ਨਹੀਂ ਹੈਗੀ ਬਿਹਤਰੀਨ ਗੱਡੀ ਔਰ ਨਵੀਂ ਗੱਡੀ ਹੋਏਗੀ ਚਲੋ ਆ ਜਾਓ ਭਾਈ ਆ ਜਾਓ ਆ ਜਾਓ ਸਰ ਜੀ ਸੇਲ ਵੈਲਿਊ ਬੜੀ ਬਣਾ ਦਿਓ ਮੈਂ ਦੱਸ ਦਿੰਦਾ ਹਾਂ ਸਰ ਆਓ ਆਓ ਬਹੁਤ ਵੈਲਿਊ ਬਣਾ ਭਾਈ ਬਹੁਤ ਅੱਛੀ ਵੈਲਿਊ ਬਣ ਗਈ ਉਸਦੀ ਬਹੁਤ ਅੱਛੀ ਬਣ ਗਈ ਪਾਰਟਸ ਨੇ ਕੀ ਕਰਨਾ ਖਰਾਬ ਹੀ ਹੋਣਾ ਨਵੀਂ ਗੱਡੀ ਜਿੰਨੇ ਨੂੰ ਖਰਾਬ ਹੋਣਾ ਉਹ ਪਾਰਟਸ ਹੀ ਹੈ ਠੀਕ ਹੈ ਨਾ ਕੀ ਪਾਰਟਸ ਆ ਗਏ ਨਹੀਂ ਬੰਦ ਰਹੀ ਸਰ ਅੱਜ ਨੂੰ ਤਾਂ ਬਹੁਤ ਅੱਛੀ ਗੱਡੀ ਹੈ ਚੱਲ ਤਾਂ ਛੱਡ ਦੇ ਅੱਜ ਨੂੰ ਤਾਂ ਅੱਛੀ ਗੱਡੀ ਖੁਸ਼ੀ ਹੈ ਬੜੀ ਸਾਰੀ ਦੇਖੋ ਕਿ ਉਹਦਾ ਫਿਊਚਰ ਬਣ ਰਿਹਾ ਹੈ ਰੇਂਜਰ ਉਹ ਫਿਊਚਰ ਹੋ ਰਿਹਾ ਹੈ ਨਾ ਮਾਡਲ ਰੇਟ ਘਟਣ ਦਾ ਬਣਾਇਆ ਰੇਟ ਵਧਣਾ ਨਹੀਂ